ਅੱਜ ਲੁਧਿਆਣਾ ਦੇ ਤਾਜਪੁਰ ਰੋਡ ਬੁੱਢਾ ਦਰਿਆ ਸਥਿਤ ਪਹੁੰਚੇ ਟੀਮ ਆਨ ਮਿਲੋ ਦਰਿਆ ਦੇ ਨਾਲ ਦੇਵਕੀ ਦੇਵੀ ਜੈਨ ਮੈਮੋਰੀਅਲ ਕਾਲਜ ਫਾਰ ਵੂਮੈਨ ਦੇ ਐਨਐਸ ਸਟੂਡੈਂਟਸ ਨੇ 27 ਜਨ ਨੂੰ ਹੋਣ ਵਾਲੇ ਆਨ ਮਿਲੋ ਦਰਿਆਓ ਮੇਲੇ ਦੀ ਜਗ੍ਹਾ ਤੇ ਜਾ ਕੇ ਮੁਆਇਨਾ ਕੀਤਾ ਔਰ ਨਾਲ ਹੀ ਨਾਲ ਇਲਾਕਾ ਨਿਵਾਸੀਆਂ ਨੂੰ ਘਰ ਘਰ ਜਾ ਕੇ ਬੁੱਢਾ ਦਰਿਆ ਨੂੰ ਸਾਫ਼ ਰੱਖਣ ਦੇ ਸੁਝਾਵ ਦਿੱਤੇ ਔਰ ਉਹਨਾਂ ਨੂੰ ਆ ਰਹੀ ਪਰੇਸ਼ਾਨੀਆਂ ਦੇ ਸੁਝਾਵ ਲਿੱਤੇ ਵੀ। ਇਸ ਮੌਕੇ ਟੀਮ ਆਣ ਮਿਲੋ ਦਰਿਆਓ ਵੱਲੋਂ ਮੈਮ ਜਗਮੀਤ ਕੌਰ ਔਰ ਕਾਲਜ ਦੇ ਟੀਚਰਸ ਦਾ ਕੀ ਕਹਿਣਾ ਸੀ, ਆਓ ਦੇਖਦੇ ਹਾਂ। ਮੇਰਾ ਨਾਂ ਜਸਮੀਤ ਕੌਰ ਹੈ ਅਤੇ ਮੈਂ ਅੱਜ ਇੱਥੇ ਬੱਚਿਆਂ ਦੀ ਸਪੋਰਟ ਲਈ ਅਤੇ ਆਪਣੇ ਆਪ ਦੀ ਸਪੋਰਟ ਲਈ ਫਿਰ ਹਾਜ਼ਰ ਹਾਂ ਬੁੱਢਾ ਦਰਿਆ ਦੇ ਕੰਢੇ 'ਤੇ। ਅੱਜ ਡੀ ਡੀ ਜੈਨ ਕਾਲਜ ਦੇ ਬੱਚੇ ਇੱਥੇ ਲੋਕੇਸ਼ਨ 'ਤੇ ਆਏ ਨੇ। 27 ਤਰੀਕ ਨੂੰ ਜਿਹੜਾ ਮਹਾ ਇੱਥੇ ਮੇਲਾ ਲੱਗ ਰਿਹਾ ਹੈ ਉਸ ਦੀ ਅਗਵਾਈ ਲਈ ਅਤੇ ਉਸ ਬਾਰੇ ਜਾਣਨ ਲਈ ਅਤੇ ਬਾਕੀਆਂ ਨੂੰ ਵੀ ਅਵੇਅਰ ਕਰਨ ਲਈ। ਅਸੀਂ ਬੱਚਿਆਂ ਨੂੰ ਇੱਥੇ 27 ਨੂੰ ਹੋਣ ਵਾਲੀ ਮੁਹਿੰਮ ਆਣ ਮਿਲੋ ਦਰਿਆ ਦੇ ਵਿੱਚ ਬੱਚਿਆਂ ਨੂੰ ਲੈ ਕੇ ਆਏ ਹਾਂ ਅਤੇ ਬੱਚੇ ਇੱਥੇ ਸਾਡੇ ਨਾਲ ਮੈਡਮ ਜਸਮੀਤ ਕੌਰ ਦੇ ਨਾਲ ਬੱਚੇ ਲੋਕਾਂ ਨੂੰ ਜਾਗਰੂਕ ਕਰਨਗੇ ਕਿ ਕਿਵੇਂ ਅਸੀਂ ਇਹ ਬੁੱਢਾ ਦਰਿਆ ਨੂੰ ਸਾਫ਼ ਕਰਾਂਗੇ ਅਤੇ ਹੋਰ ਬੱਚੇ ਸਲੋਗਨ ਵੀ ਬੱਚਿਆਂ ਨੇ ਤਿਆਰ ਕੀਤੇ ਹੈ ਅਤੇ ਬੱਚੇ ਆਪਣੀ ਕਾਪੀ ਅਤੇ ਪੈੱਨ ਦੇ ਨਾਲ ਲੋਕਾਂ ਦੀਆਂ ਪ੍ਰੋਬਲਮਸ ਨੂੰ ਪੁੱਛਣਗੇ ਅਤੇ ਉਹਨਾਂ ਦਾ ਹੱਲ ਵੀ ਕੀਤਾ ਜਾਏਗਾ। ਅਸੀਂ NSS ਦੇ ਸਾਰੇ ਬੱਚਿਆਂ ਨੂੰ ਨਾਲ ਲੈ ਕੇ ਆਏ ਹਾਂ ਲੋਕਾਂ ਨੂੰ ਜਾਗਰੂਕ ਕਰਨ ਲਈ ਬੁੱਢਾ ਦਰਿਆ ਦੀ ਗੰਦਗੀ ਬਾਰੇ, ਤਾਂ ਕਿ ਉਹ ਇਸ ਨੂੰ ਸਾਫ਼ ਹੋਣ ਲਈ ਪ੍ਰਯਤਨ ਕਰਨ, ਖੁਦ ਕਰਨ ਅਤੇ ਆਪਣੀ ਸਾਰੀ ਫੈਮਿਲੀ ਨੂੰ, ਸਾਰੇ ਰਿਸ਼ਤੇਦਾਰਾਂ ਨੂੰ, ਸਾਰਿਆਂ 'ਚ ਅਵੇਅਰਨੈਸ ਕ੍ਰੀਏਟ ਕਰਨ।